सबस्क्राइब करो निडर आवाज टीवी नू ते ताजा वीडियोस पाउन लई बैल दा बटन। निडर आवाज वैब टीवी देख रहे सारे ही दर्शकों का स्वागत करते हैं जी। अज असी जिला तरन तारण के पिंड दयालपुरा विच खड़े हाँ, जिथे कि एक भैन जो कि 33 साल रमन कौर वाइफ ऑफ सोना सिंह जो कि बीते 8 साल तो मंजे ते है। की कारण है आओ जानते हैं, उन्होंने गलबात करते हैं। कैमरामैन कहे जी उन्हों की तस्वीर जी दिखा। ਪੰਜ ਕੀ ਨਾਮ ਹੈ ਆਪਣਾ? ਰਮਨ। ਕੀ ਕਾਰਨ ਕੀ ਆ ਜਿਹੜਾ ਤੁਸੀਂ ਮੰਜੇ ਤੇ? ਵੀਰੇ ਜਿਉਂ ਛੋਟਾ ਬੱਚਾ ਹੋਇਆ ਪਰੇਸ਼ਾਨ ਆ ਤੇ ਉਦੋਂ ਤਾਂ ਪਾਸਾ ਹੀ ਖਲੋ ਗਿਆ ਤੇ ਗਰੀਬਾਂ ਘਰਾਂ 'ਚੋਂ ਇਲਾਜ ਨਹੀਂ ਹੋਇਆ ਤੇ ਅਜੇ ਤੱਕ ਕਿਸੇ ਨਾ ਪਿੰਡ ਦੇ ਮੈਂਬਰ ਸਰਪੰਚ ਨਾ ਕੋਈ ਮਦਦ ਦਿੱਤੀ ਨਾ ਇਲਾਜ ਕਰਾਇਆ ਨਾ ਅਜੇ ਤੱਕ ਕਦੀ ਪਸੰਦ ਵੀ ਨਹੀਂ ਲਵਾਈ। ਤੇਰੇ ਤੁਹਾਡੇ ਜਿਹੜੇ ਹਸਬੈਂਡ ਆ ਉਹ ਕੀ ਕੰਮ ਕਰਦੇ ਨੇ? ਉਹ ਦਿਹਾੜੀ ਜਾਂਦੇ ਵੀਰੇ ਮਿਸਤਰੀਆਂ ਨਾਲ 300 ਰੁਪਈਆ। ਤੇ ਇਹ ਇੱਥੇ ਤੁਸੀਂ ਪੇਕੇ ਰਹਿ ਰਹੇ ਜੋ ਜਾਂ ਸਹੁਰੇ ਘਰ ਰਹਿ ਰਹੇ ਜੋ? ਪੇਕੇ ਘਰ ਰਹਿੰਦੀ, ਮਾਤਾ ਕੋਲ ਰਹਿੰਦੀ, ਆਪਣੇ ਕੋਲ ਮੇਰਾ ਕੋਈ ਨਹੀਂ ਹੈਗਾ ਸਹੁਰੇ। ਕਿੰਨੇ ਬੱਚੇ ਨੇ ਤੁਹਾਡੇ? 2 ਬੱਚੇ ਨੇ। ਤੇ ਤੁਹਾਡਾ ਜੀ ਨਹੀਂ ਕਰਦਾ ਬੱਚਿਆਂ ਦੇ ਵਿੱਚ ਉੱਠ ਕੇ ਖੇਡਣ ਨੂੰ? ਮੇਰਾ ਤਾਂ ਜੀ ਕਰਦਾ ਹੈ, ਮੈਂ ਕਈ ਵਾਰ ਵੀਰੇ ਰੋ ਪੈਂਦੀ ਹਾਂ ਵੀ ਰੱਬਾ ਇਸ ਕੰਮ ਨੂੰ ਮੌਤ ਹੀ ਦੇ ਦੇ ਉਹ ਚੰਗੀ। ਤੇ ਤੁਹਾਡੇ ਪਿੰਡ ਦੇ ਕਿਸੇ ਸਰਪੰਚ ਨੇ ਜਾਂ ਪੰਚ ਨੇ ਕਿਸੇ ਨੇ ਵੀ ਤੁਹਾਡੀ ਸਾਰਨੀ ਲਈ ਵੀ? ਹਜੇ ਤੱਕ ਕਦੀ ਪੁੱਛਿਆ? ਕੋਈ ਕਣਕ ਵਗੈਰਾ ਜਾਂ ਕੋਈ ਤੁਹਾਨੂੰ ਕੋਈ ਪੈਨਸ਼ਨ ਵਗੈਰਾ ਲੱਗੀ ਹੈ? ਨਾ, ਪੈਨਸ਼ਨ ਨਹੀਂ ਲੱਗੀ, ਕਣਕ ਜਿਹੜੀ ਸਰਕਾਰ ਵੱਲੋਂ ਆਉਂਦੀ ਉਹ ਦੇ ਦਿੰਦੇ ਵੀਰ। ਕਿੰਨੇ ਕਿੰਨੇ ਜੀਆਂ ਨੂੰ ਕਣਕ ਮਿਲਦੀ ਹੈ? ਬੱਚਿਆਂ ਨੂੰ ਨਹੀਂ ਮਿਲਦੀ, ਬਾਕੀ 4 ਜੀਆਂ ਨੂੰ ਮਿਲਦੀ, 4 ਤੋੜੇ ਦੇ ਦਿੰਦੇ। ਕਿਸ ਤਰ੍ਹਾਂ ਦੀ ਜਿਹੜੀ ਆ ਤੁਸੀਂ ਉਹ ਮੰਗ ਕਰ ਰਹੇ ਹੋ? ਮੰਗ ਇਹ ਆ ਵੀ ਵੀਰੇ ਮੇਰੇ ਇਲਾਜ ਹੋ ਜਾਵੇ, ਮੈਂ ਆਪਣੇ ਬੱਚਾ ਜੇ ਤੁਰੀ ਫਿਰਾਂ ਸਹੀ ਸਲਾਮਤ, ਮੇਰੀ ਮਾਂ ਦੇ ਸਿਰ ਤੋਂ ਬੋਝ ਹਟ ਜਾਵੇ। ਮਾਂ ਵਿਚਾਰੀ ਤਾਂ ਚਾਹੁੰ 5 ਘਰਾਂ ਦਾ ਕੰਮ ਕਰਦੀ ਆ ਤੇ ਤਰ੍ਹਾਂ ਮਾੜਾ ਚੰਗਾ ਟਾਈਮ ਪਾਸ ਹੁੰਦਾ ਜਾਂਦਾ, ਦਿਹਾੜੀ ਨਾਲ ਤੁਹਾਨੂੰ ਪਤਾ ਵੀਰੇ ਇਲਾਜ ਹੁੰਦਾ ਵਾ। ਤੇ ਮੈਂ ਉਹ ਚਾਹੁੰਦੀ ਵੀ ਮੇਰਾ ਚਲੋ ਮੇਰੇ ਵੀਰ ਭੈਣ ਭਰਾ ਜਿੱਥੋਂ ਤੱਕ ਕਰਵਾ ਜਾਂਦੀ ਮੇਰਾ ਕੋਈ ਇਲਾਜ ਕਰਾ ਸਕਣ। ਸੋ ਜੀ ਇਹ ਤੁਸੀਂ ਦੇਖੀਆਂ ਜੀ ਭੈਣ ਰਮ ਦੀਆਂ ਜਿਹੜੀਆਂ ਉਹ ਤਸਵੀਰਾਂ, ਅਤੇ ਅਸੀਂ ਵੀ ਜਿਹੜੇ ਉਹ ਸਮਾਜ ਸੇਵੀ ਜਥੇਬੰਦੀਆਂ ਨੂੰ ਜਿਹੜੀ ਉਹ ਅਪੀਲ ਕਰਦੇ ਹਾਂ, ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਦੇਖੋ ਭੈਣ ਇੱਕ ਸ਼ਾਨ ਆ ਜਿਹੜੀ ਉਹ ਕਾਨਿਆਂ ਦੀ ਸ਼ਾਨ ਆ ਜਿਹਦੇ ਹੇਠਾਂ ਜਿਹੜੀ ਉਹ ਲੰਮੇ ਪਈ ਹੋਈ ਆ। ਬੀਤੇ 8 ਸਾਲ ਤੋਂ ਜਿਹੜੀ ਉਹ ਮੰਜੇ ਦੇ ਉੱਤੇ ਆ, ਕਿਸੇ ਨੇ ਇਹਦੀ ਸਾਰਨੀ ਲਈ ਕੋਈ ਵੀ ਜਿਹੜੀ ਆ ਪੈਨਸ਼ਨ ਨਹੀਂ ਲੱਗੀ। ਕੈਮਰਾਮੈਨ ਨੂੰ ਕਹਿੰਦੇ ਹਾਂ ਵੀ ਤੁਹਾਨੂੰ ਜਿਹੜੀਆਂ ਉਹਨਾਂ ਦੇ ਘਰ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਨਿਡਰ ਵਾਈ ਵੈੱਬ ਟੀਵੀ 'ਤੇ ਦੇਖ ਸਕਦੇ ਜੋ, ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਭੈਣ ਦੇ ਘਰ ਦੇ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਨਿਡਰ ਵਾਈ ਵੈੱਬ ਟੀਵੀ 'ਤੇ, ਦੇਖ ਸਕਦੇ ਜੋ ਭੈਣ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਦੇ। ਆਓ ਜੀ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ। ਮਾਤਾ ਜੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮਾਤਾ, ਕੀ ਨਾਮ ਹੈ ਆਪਣਾ? ਕਸ਼ਮੀਰ ਕੌਰ ਮੇਰਾ ਨਾਮ। ਇਹ ਕੀ ਲੱਗਦੇ ਨੇ ਜਿਹੜੇ ਤੁਹਾਡੇ ਮੰਜੇ ਤੇ ਪਏ? ਇਹ ਮੇਰੇ ਗੁੱਡੀ ਆ। ਕੀ ਗੱਲ ਕੀ ਆ ਇਹਨਾਂ ਨੂੰ? ਇਹਨੂੰ ਹੋ ਗਿਆ 7 ਸਾਲ ਹੋ ਗਏ ਮੰਜੇ ਤੇ ਪਏ ਨੂੰ, ਤੇ ਇਲਾਜ ਖੁਣੋਂ ਗਈ ਆ ਤੇ ਜਿਉਂ ਕਾਕੇ 2 ਹੋਏ ਉਦੋਂ ਦੀ ਠਾਂ ਠਾਂ ਹੀ ਗਈ ਆ ਤੇ ਬੁੱਲਾ ਵਾ ਪਾਸਾ ਹੀ ਖਲੋ ਗਿਆ ਇੱਕ ਬੰਨਾ। ਤੇ ਕੋਈ ਸਮਾਜ ਸੇਵੀ ਜਥੇਬੰਦੀਆਂ ਜਾਂ ਕੋਈ ਪਿੰਡ ਦਾ ਪੰਚ ਸਰਪੰਚ ਕਿਸੇ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਨਹੀਂ, ਕਿਸੇ ਨੇ ਨਹੀਂ ਕੀਤੀ। ਤੁਹਾਨੂੰ ਕਣਕ ਵਗੈਰਾ ਮਿਲਦੀ ਆ? ਕਣਕ ਸਿਰਫ ਮੈਨੂੰ ਮੇਰੇ ਨਾਂ ਤੇ ਮਿਲਦੀ, ਸਿਰਫ ਇਕੱਲੀ ਮੈਨੂੰ ਹੀ। ਕੋਈ ਪੈਨਸ਼ਨ ਵਗੈਰਾ ਭੈਣ ਦੀ ਲੱਗੀ ਆ? ਨਹੀਂ ਲੱਗੀ। ਕੀ ਕਿਸ ਤਰ੍ਹਾਂ ਦੀ ਜਿਹੜੀ ਉਹ ਮੰਗ ਤੁਸੀਂ ਕਰਦੇ ਜੋ? ਮੇਰੀ ਮੰਗ ਮੈਂ ਮੰਗਦੀ, ਮੇਰੀ ਕੰਨਿਆ 8 ਖਲੋਤੇ ਆਪਦੇ ਪੁੱਤਾਂ 'ਚ ਤੁਰੀ ਫਿਰੇ, ਮੇਰੀ ਮੰਗ ਇਹ ਆ। ਤੇ ਤੁਸੀਂ ਦੇਖਿਆ ਇੱਕ ਮਾਂ ਦੇ ਅੱਥਰੂ ਜਿਹੜੇ ਆ, ਉਹ ਅੱਖਾਂ ਜਿਹੜੀਆਂ ਭਰੀਆਂ ਹੋਈਆਂ ਸਨ, ਅਤੇ ਕਿਸ ਤਰ੍ਹਾਂ ਦੇ ਜਿਹੜੇ ਆ ਉਹ ਹਾਲਾਤ ਆ। ਅਸੀਂ ਵੀ ਜਿਹੜੀ ਉਹ ਅਪੀਲ ਕਰਦੇ ਹਾਂ ਸਮਾਜ ਸੇਵੀ ਜਥੇਬੰਦੀਆਂ ਨੂੰ, ਅਸੀਂ ਲਾਈਵ ਹਾਂ ਨਿਡਰ ਵਾਈ ਵੈੱਬ ਟੀ ਵੀ ਦੇ, ਇਹਦੇ ਥੱਲੇ ਹੀ ਅਸੀਂ ਜਿਹੜਾ ਉਹ ਭੈਣ ਹੋਣਾ ਦਾ ਨੰਬਰ ਜਿਹੜਾ ਤੁਹਾਨੂੰ ਦੇ ਦਾਂਗੇ। ਜੇ ਕੋਈ ਵੀ ਵੀਰ ਕੋਈ ਸਮਾਜ ਸੇਵੀ ਜਥੇਬੰਦੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਹਨਾਂ ਦੇ ਨਾਲ ਸਿੱਧਾ ਜਿਹੜਾ ਉਹ ਸੰਪਰਕ ਕਰ ਸਕਦਾ ਹੈ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀ ਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।